15 ਅਗਸਤ ਨੂੰ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਵਸ ਬਣਾ ਰਿਹਾ ਸੀ, ਉੱਥੇ ਹੀ ਧੂਰੀ ਵਿਖੇ ਕਿਸਾਨ ਯੂਨੀਅਨ ਆਪਣੀ ਗੰਨੇ ਦੀ ਬਕਾਇਆ ਰਕਮ ਲੈਣ ਲਈ ਸ਼ੂਗਰ ਮਿੱਲ ਦੀ ਚਿਮਨੀ ਉੱਪਰ ਚੜ੍ਹ ਕੇ ਸਰਕਾਰ ਅਤੇ ਮਿੱਲ ਮੈਨੇਜਮੈਂਟ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਮਿੱਲ ਤੋਂ ਕਿਸਾਨਾਂ ਦੀ ਰਕਮ ਸੰਘਰਸ਼ ਕਰਕੇ ਲੈਣਾ ਸਰਕਾਰ ਦਾ ਪੂਰੀ ਤਰ੍ਹਾਂ ਫੇਲ ਹੋਣਾ ਸਾਬਤ ਕਰਦੀ ਹੈ ਅਤੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਹਨਾਂ ਦੀ ਬਣਦੀ ਰਕਮ ਦਵਾਈ ਜਾਵੇ। ਕੀ ਕਾਰਨ ਹੈ ਦੋ ਜਾਣੇ ਤੁਹਾਡੇ ਉੱਪਰ ਜਿਹੜੇ ਕੌਣ ਜੀ, ਕੀ ਕਾਰਨ ਹੈ? ਇਹ ਜੀ ਸ਼ੂਗਰ ਮਿੱਲ ਨੇ ਸਾਡਾ 99 ਕਰੋੜ 80 ਕੁ ਲੱਖ ਰੁਪਈਆ ਦੇਣਾ ਸੀ ਜਦੋਂ ਦੀ ਚੱਲਦੀ ਸੀ। ਇਹ ਅਸੀਂ ਲੰਮੇ ਸੰਘਰਸ਼ ਕਰਕੇ ਇਹਨਾਂ ਤੋਂ 70-72 ਕਰੋੜ ਤਾਂ ਲੈ ਲਿਆ, ਅਜੇ ਵੀ 27-28 ਕਰੋੜ ਰੁਪਈਆ ਇਹਨਾਂ ਕਨੀ ਖੜ੍ਹਾ। ਸਰਕਾਰ ਨੇ ਇਹਨਾਂ ਨੂੰ ਨਿਲਾਮੀ ਦੇ ਹੁਕਮ ਦੇ ਦਿੱਤੇ ਸੀ, ਪਰ ਫਿਰ ਵੀ ਪਤਾ ਨਹੀਂ ਕੋਰਟ ਦੀਆਂ ਕਿਹੜੀਆਂ ਮਜਬੂਰੀਆਂ ਨੇ, ਕੋਰਟ ਨੇ ਇਹਨਾਂ ਨੂੰ ਸਟੇਅ ਦਿੱਤੀ। ਪਰ ਹੁਣ ਸਾਡੇ ਜ਼ਿਮੀਂਦਾਰ ਅੱਕੇ ਖੜ੍ਹੇ ਨੇ ਕਿਉਂਕਿ ਪੇਮੈਂਟਾਂ ਮਿਲ ਨਹੀਂ ਰਹੀਆਂ, ਹਾਲਾਤ ਮਾੜੇ ਨੇ, ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ। ਅਤੇ ਅੱਜ ਇਹ ਸੀ ਸਾਡੀ ਮਜਬੂਰੀ ਨੂੰ ਅਸੀਂ 15 ਅਗਸਤ ਸਰਕਾਰ ਮਨਾ ਰਹੀ ਹੈ, ਪਰ ਦੂਜੇ ਪਾਸੇ ਅਸੀਂ ਸੋਗਮਈ ਹੁਣ ਚਿਮਨੀਆਂ 'ਤੇ ਚੜ੍ਹ ਕੇ ਹੀ ਸੋਗ ਕਰਾਂਗੇ ਜਿੰਨਾ ਚਿਰ ਸਰਕਾਰਾਂ ਸਾਡੇ ਇਸ ਇੰਡਸਟਰੀ ਵਾਲਿਆਂ ਤੋਂ ਪੈਸੇ ਨਹੀਂ ਦਵਾਉਂਦੀਆਂ। ਧੂਰੀ ਤੋਂ ਤਰਸੇਮ ਸੈਣੀ ਦੀ ਰਿਪੋਰਟ, ਦਾ ਨਿਊਜ਼ ਪੰਜਾਬ, ਚੰਡੀਗੜ੍ਹ।